ਲੋਕ ਆਪਣੇ ਘਰਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ। ਇਹ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਇਹ ਲੁਟੇਰੇ ਹਥਿਆਰਾਂ ਦੇ ਦਮ ਤੇ ਇੱਕ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਉੱਥੇ ਮੌਜੂਦ ਇੱਕ ਮਹਿਲਾ ਨੂੰ ਇਹਨਾਂ ਵੱਲੋਂ ਬੰਧਕ ਬਣਾਇਆ ਜਾਂਦਾ ਹੈ ਤੇ ਹਥਿਆਰਾਂ ਦੇ ਦਮ ਤੇ ਹੀ ਇਹਨਾਂ ਵੱਲੋਂ ਘਰ ਦੀ ਅਲਮਾਰੀ ਖੋਲੀ ਜਾਂਦੀ ਹੈ ਤੇ ਅਲਮਾਰੀ ਦੇ ਵਿੱਚ ਪਏ ਸੋਨੇ ਚਾਂਦੀ ਦੇ ਗਹਿਣੇ ਲੁੱਟੇ ਜਾਂਦੇ ਨੇ ਤੇ ਨਗਦੀ ਚੋਰੀ ਕਰਕੇ ਇਹ ਉੱਥੋਂ ਫਰਾਰ ਹੋ ਜਾਂਦੇ ਨੇ। ਦਿਨ ਦਿਹਾੜੇ ਇਹਨਾਂ ਲੁਟੇਰਿਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀਆਂ ਨੇ। ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਦਿਨ ਦਿਹਾੜੇ ਇਹਨਾਂ ਵੱਲੋਂ ਘਰ ਦਾ ਮੇਨ ਗੇਟ ਖੋਲਿਆ ਜਾਂਦਾ ਹੈ। ਬਹੁਤ ਆਰਾਮ ਦੇ ਨਾਲ ਇਹ ਘਰ ਦੇ ਅੰਦਰ ਦਾਖਲ ਹੁੰਦੇ ਨੇ। ਇਹਨਾਂ ਕੋਲ ਹਥਿਆਰ ਹੁੰਦੇ ਨੇ ਅਤੇ ਹਥਿਆਰਾਂ ਦੇ ਦਮ ਤੇ ਹੀ ਇਹਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਹ ਤਸਵੀਰਾਂ ਲੁਧਿਆਣਾ ਦੇ ਪੁਲਿਸ ਸਟੇਸ਼ਨ ਸ਼ਿਮਲਾਪੁਰੀ ਦੇ ਅਧੀਨ ਆਉਂਦੇ ਇਲਾਕੇ ਕਬੀਰ ਨਗਰ ਦੇ ਨੇੜੇ ਕਰਤਾਰ ਚੌਂਕ ਤੋਂ ਸਾਹਮਣੇ ਆਈਆਂ ਨੇ, ਜਿੱਥੇ ਦਿਨ ਦਿਹਾੜੇ ਹਥਿਆਰਬੰਦ ਦੋ ਬਦਮਾਸ਼ਾਂ ਨੇ ਘਰ 'ਚ ਮੌਜੂਦ ਇੱਕ ਮਹਿਲਾ ਨੂੰ ਬੰਧਕ ਬਣਾ ਕੇ ਹਥਿਆਰਾਂ ਦੀ ਨੋਕ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ਵੇਲੇ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਵੇਲੇ ਘਰ ਦੇ ਵਿੱਚ ਸਿਰਫ ਮਹਿਲਾ ਇਕੱਲੀ ਸੀ ਅਤੇ ਉਹਨਾਂ ਨੇ ਘਰ ਦੇ ਵਿੱਚ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਘਰ ਦੇ ਵਿੱਚ ਪਿਆ ਕੈਸ਼ ਅਤੇ ਕੁਝ ਹੋਰ ਸਮਾਨ ਲੈ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਤੇ ਮੌਕੇ ਤੇ ਪੁਲਿਸ ਪਹੁੰਚੀ ਅਤੇ ਮਾਮਲੇ ਦੀ ਜਾਂਚ ਦੇ ਵਿੱਚ ਜੁਟ ਗਈ। ਇਸ ਮੌਕੇ ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ। ਦਿਨ ਦਿਹਾੜੇ ਇਸ ਤਰ੍ਹਾਂ ਦੀਆਂ ਲੁੱਟ ਦੀਆਂ ਵਾਰਦਾਤਾਂ ਨੂੰ ਲੁਟੇਰੇ ਘਰਾਂ ਦੇ ਵਿੱਚ ਦਾਖਲ ਹੋ ਕੇ ਅੰਜਾਮ ਦੇ ਰਹੇ ਨੇ, ਜੋ ਕਿਤੇ ਨਾ ਕਿਤੇ ਇਹ ਦਰਸਾਉਂਦਾ ਹੈ ਕਿ ਉਹਨਾਂ ਨੂੰ ਪੁਲਿਸ ਦਾ ਕੋਈ ਖੌਫ ਹੀ ਨਹੀਂ ਹੈ। ਫਿਲਹਾਲ ਇਸ ਮੌਕੇ ਪੀੜਤ ਔਰਤ ਨੇ ਦੱਸਿਆ ਹੈ ਕਿ ਕਿਸ ਤਰ੍ਹਾਂ ਇਹਨਾਂ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉਸਦੇ ਕੰਨ ਦੀਆਂ ਵਾਲੀਆਂ ਤੱਕ ਉਹ ਖੋ ਕੇ ਲੈ ਗਏ। ਫਿਲਹਾਲ ਤੁਸੀਂ ਇਸ ਮਹਿਲਾ ਦੀ ਹੱਡ ਬੀਤੀ ਸੁਣੋ ਕਿ ਕਿਸ ਤਰ੍ਹਾਂ ਇਹਨਾਂ ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਤਾਂ ਇਹ ਉਦਾਂ ਹੀ ਅੜਜਾ ਲਾ ਕੇ ਚਲੇ ਗਏ। ਫਿਰ ਮੈਂ ਆਪਣੇ ਬੇਟੇ ਦੇ ਰੂਮ ਦੇ ਗੱਦੇ ਚੱਕੇ, ਪਿੱਛੋਂ ਤਾਂ ਮੈਂ ਕਰ ਲਿਆ ਸੀਗਾ ਇਹਨਾਂ ਦੇ ਹੁੰਦੇ ਹੁੰਦੇ ਹੀ। ਤਾਂ ਜਦੋਂ ਗੱਦੇ ਚੱਕੇ ਨਾ, ਸ਼ੀਸ਼ੇ ਦੇ ਮੋਹਰੇ ਮੈਂ ਮਤਲਬ ਖੜੀ ਸੀਗੀ ਤਾਂ ਮੂੰਹ ਬੰਨਿਆ ਸੀ ਇਹਨਾਂ ਦਾ, ਹੱਥ 'ਚ ਕਿਰਪਾਨ ਪਿਸਤੌਲ ਵੀ ਸੀਗੀ ਇਹਨਾਂ ਦੇ। ਦੋ ਜਣੇ ਸੀਗੇ। ਅੱਛਾ, ਕਿੰਨੇ ਵਜੇ ਦੀ ਗੱਲ ਹੈ ਜੀ? ਤਕਰੀਬਨ 9:35 9:40 ਆਈਡੀਆ ਇੰਨਾ ਕੁ ਲਾਓ, 9:35 9:40 ਦੇ ਵਿੱਚ ਬੇਟੇ ਕੋਲ ਆ ਰਿਕੋਰਡਿੰਗ। ਤਾਂ ਉਹਨਾਂ ਨੇ ਮੂੰਹ ਫੜ ਲਿਆ ਤਾਂ ਕਿਰਪਾਨ ਰੱਖ ਲਈ, ਮੈਂ ਘਬਰਾ ਗਈ ਦੇਖ ਕੇ। ਮੈਂ ਕਿਹਾ ਸ਼ਾਇਦ ਦਾ ਮਾਮਲਾ ਵੀ ਇਹਨਾਂ ਦੀ ਆਦਤ ਆ ਮਜ਼ਾਕ ਜੀ ਕਰਨ ਦੀ। ਮੈਂ ਕਿਹਾ ਕਿਤੇ ਇਹ ਤਾਂ ਨਹੀਂ ਹੈਗੇ ਕਿਤੇ, ਹਾਂ ਗਲਤੀ ਨਾਲ। ਫਿਰ ਜਦੋਂ ਕਿਰਪਾਨ ਜੀ ਰੱਖ ਲਈ, ਮੈਂ ਸਗੋਂ ਹੱਥ ਵੀ ਲਾਇਆ, ਮੇਰੇ ਇੱਥੇ ਵੀ ਵੱਜੀ ਕਿਰਪਾਨ ਜੀ। ਕਹਿੰਦਾ ਮਾਰ ਦਾਂਗੇ ਰੋਲਾ ਪਾਇਆ, ਤਾਂ ਮੈਂ ਚਿੱਕੀ ਰੋਈ ਵੀ ਮੈਂ। ਫਿਰ ਮੈਂ ਡਰ ਗਈ, ਕਿਰਪਾਨ ਦੇਖ ਕੇ ਮੈਂ ਡਰ ਗਈ। ਫਿਰ ਇੱਕ ਸਹੀ ਸੀਗਾ ਉਹਦੇ ਵਿੱਚੋਂ, ਤਾਂ ਉਹ ਕਹਿੰਦਾ ਮਾਤਾ ਘਬਰਾਉਣਾ ਸੀ, ਤੈਨੂੰ ਮਾਰਦੇ ਨਹੀਂ। ਫਿਰ ਉਹ ਮੈਂ ਪੁੰਜੀ ਜਦੋਂ ਘਬਰਾ ਕੇ ਲੇਟ ਗਈ ਤਾਂ ਇੱਕ ਨੇ ਮੈਨੂੰ ਪਾ ਤਾ ਬੈਠ ਤੇ, ਫਿਰ ਉਹ ਬੈਠਾ ਰਿਹਾ ਮੇਰੇ ਕੋਲ, ਕਿਰਪਾਨ ਸੀ ਉਹਦੇ ਹੱਥ 'ਚ। ਫਿਰ ਵੀ ਫਿਰ ਸਾਰਾ ਸਮਾਨ, ਕਿਉਂਕਿ ਲੋਕ ਲਾ ਕੇ ਨਾ ਚਾਬੀ ਮੇਨ 'ਤੇ ਹੁੰਦੀ ਹੈ, ਮੋਰੀ ਅਲਵਾਰੀ ਕੇ ਮੋਰੀ ਹੁੰਦੀ ਹੈ ਚਾਬੀ। ਤਾਂ ਫਿਰ ਮੈਂ ਕਿਹਾ, ਮੈਂ ਕਿਹਾ ਤੇਰੇ ਅੰਕਲ ਘਰੇ ਨੇ ਪੁੱਤ, ਮੈਂ ਕਿਹਾ ਤੂੰ ਮੇਰਾ ਬੱਚਿਆਂ ਵਰਗਾ ਹੈ, ਮੈਂ ਕਿਹਾ ਇੱਦਾਂ ਨਾ ਪੁੱਤ ਕਰ। ਨਾ ਨਾ ਮੇਰੇ ਤੋਂ ਲਿੱਤੀ, ਮੋਰੇ ਪਈ ਸੀ ਅਲਮਾਰੀ ਦੀ ਚਾਬੀ, ਮੋਰੇ ਪਈ ਹੁੰਦੀ ਹੈ। ਤਾਂ ਫਿਰ ਕੀ ਕਹਿੰਦੇ ਆ, ਇੱਕ ਮੇਰੇ ਕੋਲੇ ਬੈਠੇ, ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਪੁੱਤ ਤੇਰੇ ਅੰਕਲ ਆਉਣ ਵਾਲੇ ਹੀ ਆ, ਬਿਮਾਰ ਨੇ ਉਹ। ਤਾਂ ਫਿਰ ਉਹ ਉਹਨੂੰ ਕਹਿ ਰਿਹਾ, ਆ ਜਾ ਜਲਦੀ ਆ ਜਾ ਬਈ, ਇਹਨਾਂ ਦੇ ਘਰ ਦੇ ਘਰੇ ਨੇ, ਗੱਲ ਵੱਧ ਜੂਗੀ। ਇਹ ਗੱਲ ਕਹੀ ਜਿਹੜਾ ਮੇਰੇ ਕੋਲੇ ਬੈਠਾ, ਜਿਹੜਾ ਸਰੀਰ ਜੀ ਸੀ ਉਹਦੇ ਵਿੱਚ ਦੋ ਜੋੜੇ ਮੇਰੇ ਸੋਨੇ ਦੇ ਟੋਪ ਸੀ, ਜਿਹਦੇ ਵਿੱਚ ਇੱਕ ਟੋਪਸ ਡਿੱਗਿਆ ਸੀ, ਉਹ ਮਿਲ ਗਿਆ ਮੈਨੂੰ। ਇੱਕ ਮੇਰੇ ਝੁਮਕੀ ਸੀ ਮੇਰੀ ਮੈਰਿਜ 'ਤੇ, ਮੈਰਿਜ ਦਾ ਬੇਟੀ ਕੀ ਸੋਨੇ ਦੀ ਚੈਨ ਸੀ, ਇੱਕ ਇਹਦਾ ਹੱਥ ਦਾ ਉਹ ਸੀਗਾ,
ਉਹ ਸੀ ਹਾਂਜੀ ਚਾਂਦੀ ਦਾ ਸੀ, ਇੱਕ ਮੇਰਾ ਚਾਂਦੀ ਦਾ ਸੈੱਟ ਸੀਗਾ ਤਾਂ ਇੱਕ ਸੋਨੇ ਦੀ ਨੌ ਦਸ ਤੋਲੇ ਦੀ ਸੀਗੀ ਮੇਰੀ ਝਾਂਜਰਾ, ਇੱਕ ਮੇਰੀ ਆਰਟੀਫਿਸ਼ ਉਹਦੀ ਚਾਂਦੀ ਸੀ, ਬਾਹਰੀ ਚੈਨੀ ਸੀ ਮੇਰੀ, ਤਾਂ ਉਹ ਨਿੱਕਾ ਨਿੱਕਾ ਚਾਂਦੀ ਦਾ ਸਮਾਨ ਸੀ। ਕਿੰਨਾ ਕੁ ਲਾ ਲਓ ਤੁਸੀਂ ਆਈਡੀਆ? 4-5 ਲੱਖ ਰੁਪਏ ਦਾ ਲਾ ਲਓ ਲੱਖ, ਇਹਦੇ ਚੈਨੀ ਸੀ ਨਾ, 4-5 ਲੱਖ ਦਾ ਨੁਕਸਾਨ ਹੋ ਗਿਆ। ਫਿਰ ਮੇਰੀ ਬਾਲੇ ਇਹ ਵੀ ਲਾ ਕੇ ਲੈ ਕੇ ਚਲੇ ਗਏ, ਉਹ ਵੀ ਲਾ ਕੇ ਉਹਦਾ ਖਿੱਚ ਰਿਹਾ ਸੀ, ਮੈਂ ਕਿਹਾ ਖਿੱਚ ਨਾ ਭਰਾਵਾ ਤੂੰ ਉੱਦਾਂ ਹੀ ਲਾ ਲੇ। ਫਿਰ ਉਹ ਪਾਈ ਹੋਈ ਸੀ, ਸੋ ਮੈਂ ਕਿਹਾ ਪੁੱਤੀ ਆਰਟੀਫਿਸ਼ਲ ਹੈ ਇਹਨੂੰ ਨਾ ਤੂੰ ਖਿੱਚ, ਅਤੇ ਇਹਨੂੰ ਤੂੰ ਕੀ ਕਰੇਗਾ। ਉਹ ਲਾ ਗਏ ਉਹ ਵੀ, ਫਿਰ ਮੈਂ ਕਿਹਾ ਪੁੱਤ ਦੋ ਜਣੇ ਸੀਗੇ। ਹਾਂਜੀ ਸਾਰਾ ਸੋਨਾ ਸੋਨਾ ਲੈ ਗਿਆ ਜੀ, ਦੋ ਬੰਦੇ ਆਏ ਸੀਗੇ ਜੀ, ਕੈਮਰੇ ਦੇ ਵਿੱਚ ਆਇਆ ਦੋ ਬੰਦੇ ਆ ਜੀ। ਹਾਂਜੀ ਤਲਵਾਰ ਵੀ, ਤਲਵਾਰ ਉਹਨਾਂ ਕੋਲ ਖੰਜਰ ਵੀ ਸੀ। ਸੋਨਾ ਦੋ ਬਾਲੀਆਂ ਲੈ ਗਏ ਆ, ਜਾਣੀ ਕਿ 6-7 ਲੱਖ ਦਾ ਸੋਨਾ ਲੱਗੇ ਜੀ। ਹਾਂਜੀ ਇਹ 9:30 ਦੀ ਗੱਲ ਹੈ ਜੀ, 9:35 ਦੀ ਗੱਲ ਹੈ। ਹਾਂਜੀ ਨੁਕਸਾਨ 6-7 ਲੱਖ ਦਾ ਹੈਗਾ ਜੀ। 6-7 ਲੱਖ ਦਾ ਸੋਨਾ ਲੱਗਾ? ਹਾਂਜੀ ਹਾਂਜੀ। ਕਿੰਨਾ ਲੱਗੇ? 6-7 ਲੱਖ ਦਾ ਜੀ ਸੋਨਾ ਲੱਗੇ। ਹੋਰ ਕੋਈ ਚੀਜ਼ਾਂ ਲੱਗੇ? ਨਹੀਂ ਜੀ। ਕੋਈ ਮਾਰਕੁੱਟ ਕੀਤੀ? ਨਹੀਂ ਜੀ, ਮੇਰੀ ਜਨਾਨੀ ਦੇ ਇੱਥੇ ਚਾਕੂ ਰੱਖ ਲਿਆ, ਦਾਤ ਰੱਖ ਲਈ, ਅਤੇ ਉਹਨਾਂ ਕੋਲ ਕਹਿੰਦੇ ਰਿਵਾਲਵਰ ਵੀ ਸੀਗੀ ਮੇਰੀ ਜਨਾਨੀ ਦੱਸਦੀ ਹੈ, ਉਹਨੂੰ ਬਿਠਾ ਲਿਆ ਜਨਾਨੀ ਉਹਨੇ, ਅਤੇ ਕਹਿੰਦੇ ਦੂਜੇ ਬੋਲੀ ਤਾਂ ਮਾਰ ਦਾਂਗੇ। ਮੇਰੀ ਜਨਾਨੀ ਦੇ ਇੱਥੇ ਚੀਚੀ ਦੇ ਉੱਪਰ ਤਲਵਾਰ ਲੱਗੀ ਹੋਈ ਹੈ ਜੀ। ਕੋਈ ਸੀਸੀਟੀਵੀ ਕੈਮਰਾ? ਸੀਸੀਟੀਵੀ ਕੈਮਰਾ ਆਪਣੇ ਦੋਨੇ ਆ ਜੀ, ਦੋ ਬਾਹਰ ਲੱਗਿਆ, ਇੱਕ ਆਪਣੇ ਅੰਦਰ ਲੱਗਿਆ ਜੀ। ਤਸਵੀਰਾਂ 'ਚ ਆ ਗਿਆ? ਹਾਂਜੀ ਹਾਂਜੀ ਤਸਵੀਰਾਂ 'ਚ ਆ ਗਿਆ ਜੀ, ਦੋ ਜਣੇ ਆ ਜੀ। ਇਹ ਕਹਿੰਦੇ ਚੋਰੀ ਹੋ ਗਈ ਜੀ। ਅੱਛਾ ਜੀ। ਹਾਂਜੀ ਕਿੰਨੇ ਵਜੇ ਹੋਈ ਜੀ? ਇਹ 9:15 ਦਾ ਟਾਈਮ ਦੱਸ ਰਹੇ ਨੇ। ਕੀ ਲੈ ਕੇ ਗਏ? ਗੋਲਡ ਵਗੈਰਾ ਇਹਨਾਂ ਨੇ ਲਿਖਾਇਆ ਹੈਗਾ ਮੈਨੂੰ। ਅੱਛਾ ਜੀ ਥੋੜ੍ਹਾ। ਅੱਛਾ ਜੀ ਉਹ ਕਹਿੰਦੇ ਵੀ ਕੋਈ ਕੈਮਰੇ ਵਿੱਚ ਆਇਆ, ਕਹਿੰਦੇ ਕਿ ਹੁਣ ਇਹ ਤਲਵਾਰ ਤੋੜਨ ਲੱਗੇ ਆਏ ਸੀ। ਤਲਵਾਰ ਤਾਂ ਹੁਣ ਇਹ ਫੋਟੋ 'ਚ ਮੰਗਾ ਰਹੇ ਹਾਂ ਜੀ ਇਹਨਾਂ ਦੀ, ਚੈੱਕ ਕਰਾਂਗੇ, ਅਤੇ ਡਿਊਟੀ ਅਫਸਰ ਵੀ ਆ ਰਹੇ ਆ। ਅੱਛਾ ਜੀ। ਹਾਂਜੀ ਦੋ ਟੌਕਸ ਕਹਿੰਦੇ ਜੀ, ਇੱਕ ਝੁਮਕਾ, ਦੋ ਮੁੰਦਰੀਆਂ ਨੇ। ਅੱਛਾ ਜੀ। ਲੇਡੀਜ਼ ਘਰੇ ਇਕੱਲੀ ਸੀਗੀ। ਅੱਛਾ ਜੀ। ਹਾਂਜੀ ਅਤੇ ਇਹ ਮਤਲਬ ਕਿੰਨੇ ਕਿੰਨੇ ਮੁੰਡੇ ਆਏ ਸੀਗੇ? ਦੋ ਲੜਕੇ ਦਾ। ਅੱਛਾ ਦੋ ਜਣੇ ਆਏ ਸੀਗੇ।